ਸਾਡੀ ਸੋਸਾਇਟੀ ਦੇ ਵਿੱਚ ਸਾਨੂੰ ਨਾ ਬਹੁਤ ਡੋਗਮਾਸ ਦਿੱਤੇ ਜਾਂਦੇ ਨੇ ਜਦੋਂ ਤੋਂ ਅਸੀਂ ਪੈਦਾ ਹੁੰਦੇ ਹਾਂ। ਡਿਫਰੈਂਟ ਡਿਫਰੈਂਟ ਟਾਈਪਸ ਦੇ ਸਾਨੂੰ ਡੋਗਮਾਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਬਿਨਾਂ ਜਾਣਿਆ ਮੰਨਣਾ ਸ਼ੁਰੂ ਕਰ ਦਿੰਦੇ ਹਾਂ। ਕਿਸ ਤਰ੍ਹਾਂ ਸਾਡੀ ਲਾਈਫ ਨੂੰ ਅਫੈਕਟ ਕਰਦੇ ਨੇ, ਉਹਨਾਂ 'ਚੋਂ ਕੁਛ ਡੋਗਮਾਸ ਇਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਅਸੀਂ ਇੱਕ ਡੈਫੀਨੇਸ਼ਨ ਬਣਾਈ ਹੋਈ ਹੈ ਜੈਂਟਲਮੈਨ ਦੀ। ਕਿਤੇ ਪਾਰਟੀ 'ਤੇ ਚਲੇ ਜਾਓ, ਕਿਤੇ ਫੰਕਸ਼ਨ 'ਤੇ ਚਲੇ ਜਾਓ, ਜਿਹੜੇ ਜੈਂਟਲਮੈਨ ਕਾਇੰਡ ਦੇ ਇਨਸਾਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਦੇ ਆਰ ਨੋਟ ਸਪੋਜ਼ ਟੂ ਲਾਫ ਲਾਊਡਲੀ। ਜੇ ਕੋਈ ਗੱਲ ਹੋਏਗੀ ਜਾਂ ਕੋਈ ਇਨਸਾਨ ਅਸੀਂ ਦੇਖਦੇ ਹਾਂ ਉੱਚੀ ਉੱਚੀ ਹੱਸਦਾ ਹੋਏਗਾ ਤਾਂ ਅਸੀਂ ਕਹਿੰਦੇ ਹਾਂ ਇਸ ਇਨਸਾਨ ਨੂੰ ਤਾਂ ਅਕਲ ਹੀ ਨਹੀਂ ਆਏਗੀ ਬਿਲਕੁਲ ਵੀ, ਠੀਕ ਹੈ, ਪਾਗਲਾਂ ਵਾਂਗ ਹੱਸ ਰਿਹਾ। ਅਤੇ ਜਿਹੜਾ ਕੋਈ ਇਨਸਾਨ ਡਿਪਰੈਸਿਵ ਲੁੱਕ 'ਚ ਖੜ੍ਹਾ ਹੋਏਗਾ, ਵੀ ਕਾਲ ਦੈਟ ਪਰਸਨ ਅ ਜੈਂਟਲਮੈਨ। ਸੈਕਿੰਡਲੀ, ਇੱਕ ਹੋਰ ਬੜਾ ਫਾਰ ਦਾ ਮੈਨ ਇੱਕ ਹੈ ਡੋਗਮਾ ਹੈਗਾ ਕਿ ਬੋਇਜ਼ ਡੋਂਟ ਕਰਾਏ। ਇਹ ਵੀ ਇਨਕਲਕੇਟ ਕੀਤਾ ਜਾਂਦਾ ਸਾਡੇ ਮਾਇੰਡ ਦੇ ਵਿੱਚ ਦੈਟ ਦੇ ਡੋਂਟ ਕਰਾਏ। ਪਰ ਜੇ ਤੁਸੀਂ ਹਿਸਟਰੀ ਨੂੰ ਦੇਖੋ ਤਾਂ ਜਿੰਨੀਆਂ ਵੀ ਵਾਰਸ ਹੋਈਆਂ ਨੇ, ਵਰਲਡ ਵਾਰ 1 ਹੋਈ ਜਾਂ 2 ਹੋਈ, ਜਾਂ ਹਿਟਲਰ ਦੀ ਗੱਲ ਕਰ ਲਓ, ਜਾਂ ਸਦਾਮ ਹੁਸੈਨ ਦੀ ਗੱਲ ਕਰ ਲਓ, ਜਾਂ ਮਹਾਭਾਰਤ ਦੀ ਗੱਲ ਕਰ ਲਓ, ਉਹਨਾਂ ਦੇ ਵਿੱਚ ਔਰਤ ਦਾ ਰੋਲ ਨਹੀਂ ਸੀਗਾ ਕਿਤੇ ਵੀ, ਆਦਮੀਆਂ ਦਾ ਰੋਲ ਸੀਗਾ। ਐਂਡ ਇਟ ਇਜ਼ ਅ ਅੰਡਰਸਟੈਂਡਿੰਗ ਕਿ ਕਿਉਂਕਿ ਆਦਮੀਆਂ ਨੂੰ ਐਕਸਪ੍ਰੈਸ ਨਹੀਂ ਕਰਨ ਦਿੱਤਾ ਜਾਂਦਾ, ਕਿਰਾਏ ਦੇ ਕਾਂਟ ਕਿਰਾਏ, ਅਤੇ ਉਹਨਾਂ ਦੀ ਐਨਰਜੀ ਜਿਹੜੀ ਹੈ ਉਹ ਦੂਸਰੇ ਪਾਸੇ ਜਾਂਦੇ ਆ ਬਿਲਕੁਲ। ਸੋ ਇਹੋ ਜਿਹੇ ਡੋਗਮਾਸ ਜਿਹੜੇ ਨੇ, ਇਹਨਾਂ ਨੂੰ ਜੇ ਜਾਣੋ ਅਤੇ ਫਿਰ ਮੰਨੋ, ਸਿਰਫ ਕਿਸੇ ਸਿਸਟਮ ਨੂੰ ਕਿ ਕੋਈ ਚੱਲਿਆ ਆ ਰਿਹਾ ਬਿਲੀਫ ਸਿਸਟਮ, ਉਹਨੂੰ ਇਸ ਲਈ ਨਹੀਂ ਮੰਨਣਾ ਚਾਹੀਦਾ। ਜੇ ਤੁਸੀਂ ਜਨਮ ਅਸ਼ਟਮੀ ਸੀਗੀ ਪਿਛਲੇ ਸੰਡੇ, ਜੇ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਸਾਨੂੰ ਕ੍ਰਿਸ਼ਨ ਜੀ ਬਾਰੇ ਸਿਰਫ ਅਸੀਂ ਬਿਲੀਫ ਸਿਸਟਮ ਬਣਾਏ ਹੋਏ ਹੈ। ਆਰਾਮ ਨਾਲ ਹਾਸੇ ਮਜ਼ਾਕ ਦੀਆਂ ਗੱਲਾਂ ਹੁੰਦੀਆਂ ਨੇ ਕਿ ਕ੍ਰਿਸ਼ਨ ਜੀ ਦੀਆਂ ਬਹੁਤ ਸਾਰੀਆਂ ਸਹੇਲੀਆਂ ਸੀਗੀਆਂ, ਗੋਪੀਆਂ ਸੀਗੀਆਂ, ਅਤੇ ਉਹਨਾਂ ਨੇ ਜਿੰਨੀ ਰਾਸਲੀਲਾ ਰਚਾਈ ਹੈ ਉਹ ਸ਼ਾਇਦ ਅੱਜ ਕੱਲ੍ਹ ਦੇ ਆਦਮੀਆਂ ਨੂੰ, ਦੇ ਆਰ ਨੋਟ ਅਲਾਊਡ। ਬੜੇ ਬੜੇ ਤਰ੍ਹਾਂ ਦੇ ਜੋਕਸ ਆਉਂਦੇ ਹੈ ਕਿ ਔਰਤਾਂ ਆਪਣੇ ਬੱਚਿਆਂ ਨੂੰ ਤਾਂ ਕ੍ਰਿਸ਼ਨ ਬਣਾ ਕੇ ਖੁਸ਼ ਹੁੰਦੀਆਂ ਨੇ, ਅਤੇ ਜੇ ਆਪਣੇ ਹਸਬੈਂਡ ਨੂੰ ਕ੍ਰਿਸ਼ਨ ਬਣਾ ਦਿੱਤਾ ਜਾਵੇ ਤਾਂ ਫਿਰ ਬੜਾ ਵੱਡਾ ਕੁਐਸਚਨ ਮਾਰਕ ਪਾਇਆ ਹੁੰਦਾ ਕਿ ਜਿਸ ਤਰ੍ਹਾਂ ਕ੍ਰਿਸ਼ਨ ਜੀ ਵਾਜ਼ ਇਨਵੋਲਵਡ ਇਨ ਇਲੈਜੀਟੀਮੇਟ ਰਿਲੇਸ਼ਨਸ਼ਿਪਸ। ਇਸ ਤਰ੍ਹਾਂ ਦਾ ਕੁਛ ਵੀ ਨਹੀਂ ਸੀਗਾ, ਇਹ ਸਿਰਫ ਅਸੀਂ ਇੱਕ ਬਿਲੀਫ ਸਿਸਟਮ ਗਲਤ ਜੋ ਜੋ ਸਾਨੂੰ ਦੱਸਿਆ ਗਿਆ ਸਿਰਫ ਅਸੀਂ ਉਹਨੂੰ ਫੋਲੋ ਕੀਤਾ ਵੈ। ਜਦਕਿ ਕ੍ਰਿਸ਼ਨ ਜੀ ਜਿਹੜੇ ਸੀਗੇ, ਜਿਹੜਾ ਉਹਨਾਂ ਦਾ ਬਟਰ ਬਿਜ਼ਨਸ ਸੀਗਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਮੱਖਣ ਚੋਰ ਸੀਗੇ, ਉਹ ਸਿਰਫ 6 ਸਾਲ ਤੱਕ ਸੀਗੇ, ਜਦੋਂ ਕਿ ਇੱਕ ਬੱਚਾ ਹੁੰਦਾ ਬੰਦਾ। ਅਤੇ ਜਿਹੜੀ ਉਹ ਗੋਪੀਆਂ ਨਾਲ ਬਾਂਸਰੀ ਵਜਾਉਂਦੇ ਸੀ, ਜਾਂ ਜਿਹੜਾ ਉਹਨਾਂ ਨਾਲ ਰਾਧਾ ਨਾਲ ਉਹਨਾਂ ਦਾ ਪਿਆਰ ਸੀਗਾ, ਉਹ ਸਿਰਫ 16 ਸਾਲ ਤੱਕ ਵਰਿੰਦਾਵਨ ਦੇ ਵਿੱਚ ਗੋਪੀਆਂ ਦੇ ਵਿੱਚ ਸੀਗੇ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸ਼ਿਕਸ਼ਕ ਸੀਗਾ, ਗੁਰੂ ਸੀਗਾ, ਉਹਨਾਂ ਕੋਲ ਚਲੇ ਗਏ। 16 ਸਾਲ ਤੋਂ ਲੈ ਕੇ 21 ਸਾਲ ਤੱਕ ਉਹਨਾਂ ਨੇ ਬ੍ਰਹਮਚਾਰਿਆ ਧਾਰਨ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਸਾਧਨਾ ਕੀਤੀ ਸੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਸਾਰੀ ਜ਼ਿੰਦਗੀ ਸੀਗੀ ਉਹ ਪੋਲੀਟੀਕਲ ਸਪਿਰਚੁਅਲ ਪਰਪਜ਼ਸ ਲਈ ਲਗਾਈ ਸੀਗੀ, ਠੀਕ ਹੈ। ਪਰ ਸਾਨੂੰ ਜੋ ਇੱਕ ਬਿਲੀਫ ਸਿਸਟਮ ਦਿੱਤਾ ਹੁੰਦਾ ਵੈ, ਅਸੀਂ ਉਹਨੂੰ ਕਦੀ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਕਿੰਨਾ ਕੁ ਔਥੈਂਟਿਕ ਹੈ, ਕਿੰਨਾ ਕੁ ਨਹੀਂ ਔਥੈਂਟਿਕ ਹੈ, ਵੈਦਰ ਉਹਨੂੰ ਅਸੀਂ ਜਾਣਨਾ ਵੀ ਚਾਹੁੰਦੇ ਹਾਂ ਕਿ ਨਹੀਂ ਚਾਹੁੰਦੇ ਹਾਂ, ਉਹ ਕਲਟ ਸਿਸਟਮ ਕਿਸ ਤਰ੍ਹਾਂ ਬਣਦੇ ਨੇ। ਦਿਸ ਇਜ਼ ਹਾਓ ਆਈ ਵਿਲ ਐਕਸਪਲੇਨ ਟੂ ਯੂ ਵਿਦ ਅ ਸਟੋਰੀ ਕਿ ਇੱਕ ਮੰਕ ਹੁੰਦੇ ਆ, ਉਹਨਾਂ ਦੀ ਮਨਿਸਟਰੀ ਹੁੰਦੀ ਹੈ, ਅਤੇ ਉਹਨਾਂ ਨੂੰ ਦੀ ਇੱਕ ਪਾਲਤੂ ਬਿੱਲੀ ਹੁੰਦੀ ਹੈ, ਉਹਨੂੰ ਆਪਣੀ ਬਿੱਲੀ ਨਾਲ ਬਹੁਤ ਪਿਆਰ ਹੁੰਦਾ ਵੈ। ਅਤੇ ਜਦੋਂ ਉਹ ਮੈਡੀਟੇਸ਼ਨ 'ਤੇ ਜਾਂਦੇ ਨੇ ਅਤੇ ਇਕੱਲਿਆਂ ਜਾਂਦੇ ਨੇ, ਅਤੇ ਜਦੋਂ ਘਰ ਆਉਂਦੇ ਨੇ, ਅਤੇ ਇਹ ਅਕਸਰ ਗੱਲ ਕੀਤੀ ਜਾਂਦੀ ਹੈ ਕਿ ਬਿੱਲੀ ਨੂੰ ਤੁਸੀਂ ਨਹੀਂ ਰੱਖਦੇ, ਬਿੱਲੀ ਤੁਹਾਨੂੰ ਰੱਖਦੀ ਹੈ। ਅਤੇ ਘਰ ਆਉਣਾ ਤਾਂ ਸਾਰੇ ਉਹਨਾਂ ਦੇ ਘਰ ਦਾ ਜਿਹੜਾ ਸਮਾਨ ਹੁੰਦਾ ਸੀਗਾ ਉਹ ਖਿੰਡਰ ਪੁੰਡ ਰਿਹਾ ਹੁੰਦਾ ਸੀਗਾ, ਸਾਰੇ ਪਾਸੇ ਬਿੱਲੀ ਦੇ ਪੰਜਿਆਂ ਦੇ ਨਿਸ਼ਾਨ ਹੁੰਦੇ ਸੀ, ਉਹਨਾਂ ਦੇ ਸਰਾਣੇ ਬਿਸਤਰੇ ਸਭ ਲੀਲੋ ਰੀਰ ਹੋਏ ਹੁੰਦੇ ਸੀ। ਦੈਨ ਹੀ ਮੇਡ ਅ ਡਿਸੀਜਨ ਕਿ ਮੈਂ ਬਿੱਲੀ ਨੂੰ ਇਕੱਲਿਆ ਨਹੀਂ ਛੱਡਣਾ ਹੈਗਾ, ਅਤੇ ਬਿੱਲੀ ਮੈਂ ਆਪਣੇ ਨਾਲ ਰੱਖਿਆ ਕਰਾਂਗਾ। ਅਤੇ ਉਹ ਮੈਡੀਟੇਸ਼ਨ ਦੇ ਉੱਤੇ ਜਦੋਂ ਜਾਂਦੇ ਸੀਗੇ ਅਤੇ ਬਿੱਲੀ ਨੂੰ ਨਾਲ ਲੈ ਕੇ ਚਲੇ ਜਾਂਦੇ ਸੀਗੇ ਆਪਣੇ, ਬਿੱਲੀ ਉਹਨਾਂ ਦੇ ਕੋਲ ਬੈਠ ਜਾਂਦੀ ਸੀ।
ਤੇ ਹੌਲੀ ਹੌਲੀ ਕਿ ਉਹਨਾਂ ਨੇ ਬਿੱਲੀ ਦੇ ਉੱਤੇ ਆਰਾਮ ਨਾਲ ਪਿਆਰ ਨਾਲ ਆਪਣਾ ਹੱਥ ਫੇਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਇੱਕ ਫੋਲੋਅਰ ਨੇ ਬਾਕੀ ਫੋਲੋਅਰਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਮੰਕ ਦੇ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ, ਫਰਕ ਸਿਰਫ ਇਹ ਹੈਗਾ ਕਿ ਇਹਨਾਂ ਕੋਲ ਬਿੱਲੀ ਹੈਗੀ ਅਤੇ ਸਾਡੇ ਕੋਲ ਬਿੱਲੀ ਨਹੀਂ ਹੈਗੀ ਹੈ। ਹੌਲੀ ਹੌਲੀ ਉਹਨਾਂ ਨੇ ਇਹ ਵੀ ਆਈਡੀਆ ਲਿਆਉਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਆ ਉਹਨੂੰ ਬਿੱਲੀ ਨੂੰ ਪਿਆਰ ਨਾਲ ਹੱਥ ਫੇਰਦੇ ਨੇ ਅਤੇ ਜਿਹੜੇ ਮੰਕ ਹੈ, ਗੁਰੂ ਹੈ, ਮਾਸਟਰਸ ਹੈਗੇ ਆ, ਸਾਰੀ ਐਨਰਜੀ ਜਿਹੜੀ ਹੈ ਆਪਣੀ ਬਿੱਲੀ ਤੋਂ ਵਿਡਰੋਅ ਕਰ ਰਹੇ ਨੇ। ਇਹਨਾਂ ਦਾ ਸੋਰਸ ਆਫ ਐਨਰਜੀ ਇਜ਼ ਦਿਸ ਕੈਟ, ਨਹੀਂ ਤਾਂ ਸਾਡੇ ਤਾਂ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਜੋ ਇਹਨਾਂ ਨੂੰ ਪਤਾ ਉਹ ਸਾਨੂੰ ਪਤਾ ਹੀ ਪਤਾ। ਚਲੋ ਜਿਸ ਤਰ੍ਹਾਂ ਵੀ ਸੀਗਾ, ਟਾਈਮ ਬੀਤਦਾ ਗਿਆ, ਥੋੜ੍ਹੇ ਸਾਲਾਂ ਬਾਅਦ ਉਹ ਮੰਕ ਜਿਹੜੇ ਸੀਗੇ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੀ ਡੈਥ ਹੋ ਗਈ, ਉਦਾਸ ਤਾਂ ਸਾਰੇ ਬੜੇ ਸੀਗੇ, ਬਟ ਦੈਨ ਇੱਕ ਬੰਦੇ ਨੂੰ ਵਿੱਚ ਉਹਨਾਂ ਦੇ ਫੋਲੋਅਰਸ ਨੂੰ ਆਈਡੀਆ ਆਇਆ ਕਿ ਕੋਈ ਗੱਲ ਨਹੀਂ, ਮਾਸਟਰਸ ਤਾਂ ਚਲੇ ਗਏ ਨੇ ਪਰ ਉਹਨਾਂ ਦੀ ਪਿਆਰੀ ਬਿੱਲੀ ਤਾਂ ਸਾਡੇ ਕੋਲ ਹੈਗੀ ਹੈ, ਅਤੇ ਐਨਰਜੀ ਜਿਹੜੀ ਸੀਗੀ ਸਾਰੀ ਉਹ ਮਾਸਟਰਸ ਜਿਹੜੇ ਸੀਗੇ ਉਹ ਸਾਰੀ ਬਿੱਲੀ ਕੋਲੋਂ ਲੈਂਦੇ ਹੁੰਦੇ ਸੀਗੇ। ਟੀਚਿੰਗਸ ਤਾਂ ਸਾਨੂੰ ਸਾਰੇ ਹਾਂ ਪਤਾ ਹੈ ਕਿ ਉਹ ਸਾਨੂੰ ਕੀ ਦੱਸਦੇ ਸੀਗੇ, ਕੀ ਕਹਿਣਾ ਚਾਹੁੰਦੇ ਸੀਗੇ, ਉਹ ਤਾਂ ਸਾਨੂੰ ਸਾਰਿਆਂ ਨੂੰ ਗਿਆਨ ਹੈ। ਅਤੇ ਜਿਹੜੀ ਨਵੀਂ ਚੀਜ਼ ਹੈ ਉਹ ਬਿੱਲੀ ਹੈ, ਅਤੇ ਹੁਣ ਕੀ ਕੀਤਾ ਜਾਵੇ, ਇਹ ਬਿੱਲੀ ਨੂੰ ਮਾਸਟਰਸ ਦੀ ਜਗ੍ਹਾ ਦੇ ਉੱਤੇ ਬਿਠਾ ਦਿੱਤਾ ਜਾਵੇ। ਉਹਨਾਂ ਨੇ ਕੀ ਕੀਤਾ, ਬਿੱਲੀ ਨੂੰ ਉਹ ਕੁਰਸੀ ਦੇ ਦਿੱਤੀ, ਜਿਹੜੀ ਆਸਨ ਦੇ ਦਿੱਤਾ ਜਿੱਥੇ ਕਿ ਉਹਨਾਂ ਦੇ ਮਾਸਟਰਸ ਬੈਠਦੇ ਸੀਗੇ। ਅਤੇ ਇਹ ਟ੍ਰੈਂਡ ਸ਼ੁਰੂ ਹੋ ਗਿਆ। ਹੁਣ ਜਦੋਂ ਵੀ ਉੱਥੇ ਮੈਡੀਟੇਸ਼ਨ ਹੁੰਦੀ ਸੀਗੀ ਅਤੇ ਐਵਰੀਬਡੀ ਸਟਾਰਟਡ ਸੇਇੰਗ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਉਹਨਾਂ 'ਚੋਂ ਕੁਛ ਕਹਿ ਰਹੇ ਸੀਗੇ ਕਿ ਜਦੋਂ ਬਿੱਲੀ ਦੀ ਪ੍ਰੈਜੈਂਸ ਦੇ ਵਿੱਚ ਅਸੀਂ ਮੈਡੀਟੇਸ਼ਨ ਕਰਦੇ ਹਾਂ ਤਾਂ ਸਾਨੂੰ ਡੀਪਰ ਮੈਡੀਟੇਸ਼ਨ ਹੁੰਦੀ ਹੈ। ਦੂਸਰਾ ਇਨਸਾਨ ਇਹ ਕਹਿ ਰਿਹਾ ਸੀਗਾ ਕਿ ਜਦੋਂ ਮੈਂ ਮੈਡੀਟੇਸ਼ਨ 'ਚ ਧਿਆਨ 'ਚ ਬੈਠਾ ਹੋਇਆ ਤਾਂ ਪੂਰਾ ਯੂਨੀਵਰਸ ਜਿਹੜਾ ਉਹ ਬਿੱਲੀ ਬਣ ਗਿਆ, ਬਿੱਲੀ ਦੇ ਆਕਾਰ ਦੇ ਵਿੱਚ ਆ ਗਿਆ। ਸੋ ਐਵਰੀਬਡੀ ਵਾਜ਼ ਹੈਵਿੰਗ ਡਿਫਰੈਂਟ ਐਂਡ ਡਿਫਰੈਂਟ ਕਾਇੰਡ ਆਫ ਐਕਸਪੀਰੀਅੰਸਿੰਗ ਐਂਡ ਦੇ ਵਰ ਨਰੇਟਿੰਗ ਇਟ। ਬਹੁਤ ਸਾਰੇ ਸਾਲ ਬੀਤ ਕੇ ਉਹ ਬਿੱਲੀ ਵੀ ਪੂਰੀ ਹੋ ਗਈ। ਹੁਣ ਇੱਕ ਨਵਾਂ ਡਾਇਲੈਮਾ ਸ਼ੁਰੂ ਹੋ ਗਿਆ ਕਿ ਹੁਣ ਬਿੱਲੀ ਚਲੀ ਗਈ, ਹੁਣ ਕੀ ਕੀਤਾ ਜਾਏ। ਬਿੱਲੀ ਚਲੀ ਗਈ, ਚਾਂਸ ਦੀ ਗੱਲ ਹੈ, ਐਕਸੀਡੈਂਟਲੀ ਨਾਲ ਹੀ ਅਕਾਲ ਪੈ ਗਿਆ ਉਸ ਜਗ੍ਹਾ ਦੇ ਉੱਤੇ। ਉਹ ਦੋਨਾਂ ਚੀਜ਼ਾਂ ਨੂੰ ਰਿਲੇਟ ਕਰ ਲਿਆ ਗਿਆ ਕਿ ਬਿੱਲੀ ਦੇ ਜਾਣ ਨਾਲ ਅਕਾਲ ਪੈ ਗਿਆ, ਹੁਣ ਉਹਦੀ ਜਗ੍ਹਾ ਦੇ ਉੱਤੇ ਨਵੀਂ ਬਿੱਲੀ ਲਿਆਈ ਗਈ। ਸੋ ਦੈਟ ਮਿਨਿਸਟਰੀ ਬਿਕੇਮ ਦਾ ਕੈਟ ਮਿਨਿਸਟਰੀ। ਹੁਣ ਬਿੱਲੀਆਂ ਦਾ ਧਿਆਨ ਇਸ ਤਰ੍ਹਾਂ ਰੱਖਣਾ ਸ਼ੁਰੂ ਕਰ ਦਿੱਤਾ ਗਿਆ, ਜਿਸ ਤਰ੍ਹਾਂ ਕਿ ਜੋ ਬਿੱਲੀ ਨੇ ਖਾਣਾ, ਕਦੀ ਉਹਨੂੰ ਦਹੀਂ ਖਵਾਈ ਜਾਏ, ਕਦੀ ਉਹਨੂੰ ਕਰੀਮ ਖਵਾਈ ਜਾਏ। ਫਿਰ ਬਹੁਤ ਸਾਰੀਆਂ ਕਿਤਾਬਾਂ ਬਿੱਲੀ ਦੇ ਉੱਤੇ ਲਿਖੀਆਂ ਗਈਆਂ ਕਿ ਬਿੱਲੀ ਦੇ ਜਦੋਂ ਵਾਲਾਂ ਨੂੰ ਹੱਥ ਲਾਈਦਾ ਤਾਂ ਕੀ ਫੀਲਿੰਗਸ ਹੁੰਦੀ ਹੈ, ਬਿੱਲੀ ਦੀ ਜਿਹੜੀ ਟੰਗ ਹੈ ਉਹ ਕੀ ਸਿਗਨੀਫਾਈ ਕਰਦੀ ਹੈ, ਫਿਰ ਬਿੱਲੀ ਨੂੰ ਕਿਹੜੇ ਦਿਨ ਨਵਾਉਣਾ, ਕਿਹੜੇ ਦਿਨ ਨਹੀਂ ਨਵਾਉਣਾ। ਸੋ ਆਲ ਦੀਸ ਕਾਇੰਡਸ ਆਫ ਥਿੰਗਸ ਵਰ ਟਾਕਡ ਅਬਾਊਟ ਐਂਡ ਰਿਟਨ ਅਬਾਊਟ। 500 ਸਾਲ ਬੀਤ ਕੇ ਇੱਕ ਬਿੱਲੀ ਜਾਵੇ, ਦੂਜੀ ਬਿੱਲੀ ਆਵੇ। ਸੋ ਬੁੱਕਸ ਲਿਖੀਆਂ ਗਈਆਂ, ਹਾਓ ਟੂ ਡੂ ਮੈਡੀਟੇਸ਼ਨ ਇਨ ਦਾ ਪ੍ਰੈਜੈਂਸ ਆਫ ਅ ਕੈਟ, ਹਾਓ ਦਾ ਕੈਟ ਅਫੈਕਟਸ ਯੂਅਰ ਮੈਡੀਟੇਸ਼ਨ, ਹਾਓ ਯੂਅਰ ਕਮ ਡਰੀਮਸ ਬਿਕਮ ਰੀਅਲ ਇਨ ਦਾ ਪ੍ਰੈਜੈਂਸ ਆਫ ਕੈਟਸ। ਸੋ ਆਲ ਦੀਸ ਬੁੱਕਸ ਵਰ ਰਿਟਨ। 500 ਸਾਲ ਬੀਤ ਕੇ, 5 ਸੈਂਚਰੀਜ਼ ਬੀਤ ਗਈਆਂ, ਨਵਾਂ ਜਿਹੜਾ ਉਹਨਾਂ ਦਾ ਐਬਿਟ ਆਇਆ, ਮਾਸਟਰ ਆਇਆ, ਉਹਨੂੰ ਜਦੋਂ ਬਿੱਲੀ ਲਿਆ ਕੇ ਦਿੱਤੀ ਗਈ, ਉਹਨੇ ਮਨਾ ਕਰਤਾ। ਉਹ ਕਹਿੰਦਾ ਮੈਂ ਬਿੱਲੀ ਦੀ ਪ੍ਰੈਜੈਂਸ ਦੇ ਵਿੱਚ ਮੈਡੀਟੇਸ਼ਨ ਨਹੀਂ ਕਰਨੀ, ਮੈਂ ਬਿੱਲੀ ਨੂੰ ਨਹੀਂ ਬਿਠਾਉਣਾ। ਸਾਰੇ ਜਣੇ ਬੜੇ ਨਾਰਾਜ਼ ਹੋਏ ਕਿ ਵੀ ਇਹ ਬੰਦੇ ਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਕਿ ਸਾਡੇ ਮਾਸਟਰਸ ਨੇ ਕੀ ਕਿਹਾ ਸੀ, ਇਹ ਬਿੱਲੀ ਦੀ ਕੀ ਇੰਪੋਰਟੈਂਸ ਹੈ। ਪਰ ਉਹ ਜਿਹੜਾ ਐਬਿਟ ਸੀਗਾ ਉਹ ਬੜਾ ਫਰਮ ਜਿਹਾ ਬੰਦਾ ਸੀਗਾ, ਉਹ ਕਹਿੰਦਾ ਬਿਕੋਜ਼ ਆਈ ਐਮ ਦਾ ਐਬਿਟ, ਆਈ ਐਮ ਦਾ ਡਿਸੀਜਨ ਮੇਕਰ, ਸੋ ਆਈ ਵਿਲ ਡਿਸਾਈਡ। ਠੀਕ ਹੈ, ਉਹ ਬਿੱਲੀ ਨੂੰ ਪਾਸੇ ਕਰ ਦਿੱਤਾ ਗਿਆ। ਹੁਣ ਬਿੱਲੀ ਨੂੰ ਪਾਸੇ ਕਰ ਦਿੱਤਾ ਗਿਆ, ਫਿਰ ਦੁਬਾਰਾ ਤੋਂ ਮੈਡੀਟੇਸ਼ਨ ਸ਼ੁਰੂ ਹੋਈ। ਮੈਡੀਟੇਸ਼ਨ ਦਾ ਬਿੱਲੀ ਨਾਲ ਤਾਂ ਸ਼ਾਇਦ ਕੋਈ ਤਾਲੁਕ ਵੀ ਨਹੀਂ ਸੀਗਾ, ਫਿਰ ਮੈਡੀਟੇਸ਼ਨ ਲੋਕ ਕਰਨ ਲੱਗ ਪਏ, ਫਿਰ ਕਿਤਾਬਾਂ ਲਿਖੀਆਂ ਗਈਆਂ, ਹਾਓ ਟੂ ਡੂ ਮੈਡੀਟੇਸ਼ਨ ਵਿਦਆਊਟ ਦੀ ਕੈਟ, ਹਾਓ ਟੂ ਰਿਲਾਈਜ਼ ਯੂਅਰ ਡਰੀਮਸ ਵਿਦਆਊਟ ਦੀ ਕੈਟ। ਸੋ ਦਿਸ ਇਜ਼ ਹਾਓ ਦਾ ਕਲਟਸ, ਰਿਲੀਜਨਸ ਆਰ ਫੋਰਮਡ। ਸੋ ਅਸੀਂ ਇਹਦੀ ਕਦੀ ਡਿਟੇਲ ਦੇ ਵਿੱਚ ਨਹੀਂ ਜਾਂਦੇ ਹਾਂ। ਜਦੋਂ ਵੀ ਵਕਤ ਬਦਲਦਾ, ਸਮਾਂ ਬਦਲਦਾ, ਸਰਕਮਸਟਾਂਸਿਸ ਬਦਲਦੇ ਨੇ, ਜਿਹੜੀ ਚੀਜ਼ ਕੱਲ੍ਹ ਠੀਕ ਹੁੰਦੀ ਹੈ, ਹੋ ਸਕਦਾ ਉਹਦਾ ਮੁੱਲਿਆਂਕਣ ਅੱਜ ਨਾ ਹੋਵੇ। ਅੱਜ ਤੋਂ 50 ਸਾਲ ਪਹਿਲਾਂ, 100 ਸਾਲ ਪਹਿਲਾਂ 9-10 ਬੱਚੇ ਹੋਣੇ ਘਰ 'ਚ ਬਲੈਸਿੰਗ ਮੰਨੀ ਜਾਂਦੀ ਸੀ। ਹੁਣ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਲੋਕ ਚਾਹੁੰਦੇ ਕਿ ਤੁਹਾਡੇ ਘਰ 'ਚ 9 ਜਾਂ 10 ਬੱਚੇ ਪੈਦਾ ਹੋਣ।
ਉਹ ਇਸ ਕਰਕੇ ਮੰਨੀ ਜਾਂਦੀ ਸੀ ਕਿਉਂਕਿ ਉਦੋਂ ਮੀਜ਼ਲਸ, ਮੰਪਸ, ਚਿਕਨ ਪੌਕਸ, ਪੋਲੀਓ ਵਰਗੀਆਂ ਡਿਜ਼ੀਜ਼ ਸੀਗੀਆਂ ਜਿਹਦੇ ਨਾਲ ਕਿ ਮੋਰਟੈਲਿਟੀ ਰੇਟ ਜਿਹੜਾ ਸੀ ਉਹ ਬਹੁਤ ਹਾਈ ਸੀਗਾ, ਬਹੁਤ ਘੱਟ ਬੱਚੇ ਸੀਗੇ ਜਿਹੜੇ ਜਵਾਨੀ ਜਾਂ ਵਡੇਰੀ ਉਮਰ 'ਚ ਪਹੁੰਚਦੇ ਸੀਗੇ, ਇਸ ਕਰਕੇ 9 ਜਾਂ 10 ਬੱਚੇ ਪੈਦਾ ਕੀਤੇ ਜਾਂਦੇ ਸੀਗੇ। ਬਟ ਅੱਜ ਉਹ ਮੁੱਲਿਆਕਾਨ ਖੁਦ ਸੋਚੋ ਕਿ ਉਹ ਪੋਸੀਬਲ ਹੈਗਾ। ਜੈਨ ਧਰਮ ਦੇ ਵਿੱਚ ਤੁਸੀਂ ਅੱਜ ਵੀ ਕਦੀ ਦੇਖ ਲਓ ਉਹ ਬਿਨਾਂ ਜੁੱਤੀਆਂ ਤੋਂ ਨੰਗੇ ਪੈਰੀ ਸੜਕਾਂ 'ਤੇ ਤੁਰਦੇ ਹੁੰਦੇ ਆ। ਜਦੋਂ ਮਹਾਵੀਰ ਨੇ ਇਹ ਚੀਜ਼ ਸ਼ੁਰੂ ਕੀਤੀ ਸੀ, ਉਹਨਾਂ ਨੇ ਇਸ ਕਰਕੇ ਸ਼ੁਰੂ ਕੀਤੀ ਸੀ ਕਿ ਉਦੋਂ ਜਿਹੜੀਆਂ ਚੱਪਲਾਂ ਸੀਗੀਆਂ ਉਹ ਚਮੜੇ ਤੋਂ ਬਣਦੀਆਂ ਸੀਗੀਆਂ, ਉਹ ਚਮੜਾ ਜਾਨਵਰ ਦੀ ਚਮੜਾ ਹੁੰਦਾ ਸੀ ਤਾਂ ਜੋ ਜਾਨਵਰਾਂ ਦੀ ਕਿਲਿੰਗ ਨਾ ਕੀਤੀ ਜਾ ਸਕੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਬਿਨਾਂ ਜੁੱਤੀਆਂ ਤੋਂ ਚੱਲਣਾ ਹੈ ਤਾਂ ਜੋ ਇਨਸਾਨ ਵੀ ਮਿੱਟੀ ਹੈ, ਇੱਕ ਤਾਂ ਮਿੱਟੀ ਦਾ ਮਿੱਟੀ ਨਾਲ ਸੰਪਰਕ ਹੋਵੇ ਅਤੇ ਦੂਸਰਾ ਜਾਨਵਰਾਂ ਨੂੰ ਨਾ ਮਾਰਿਆ ਜਾਏ। ਅੱਜ ਕੱਲ੍ਹ ਰਬੜ ਦੀ ਚੱਪਲ ਬਣਦੀ ਹੈ, ਕੱਪੜੇ ਦੀ ਚੱਪਲ ਬਣਦੀ ਹੈ, ਪਰ ਫਿਰ ਵੀ ਜੇ ਤੁਸੀਂ ਉਹੀਓ ਮੁੱਲਿਆਕਾਨ ਲੈ ਕੇ ਚੱਲੀ ਜਾਓਗੇ, ਸੋ ਵੇਅਰ ਯੂ ਰੀਚ। ਸੋ ਮੁੱਲਿਆਕਾਨ ਜਦੋਂ ਬਦਲਦੇ ਹੈ, ਵਕਤ ਦੇ ਨਾਲ ਬਦਲਣਾ ਇਸ ਕਰਕੇ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਜਿਹੜੀ ਚੀਜ਼ ਕੱਲ੍ਹ ਉਹਦਾ ਵੈਲਿਊ ਹੁੰਦੀ ਉਹ ਅੱਜ ਨਹੀਂ ਹੁੰਦੀ, ਉਹ ਫਰੈਸ਼ ਅਤੇ ਫਰੈਗਰੈਂਟ ਰਹੇਗੀ। ਜੇ ਤੁਸੀਂ ਉਹਨੂੰ ਬਹੁਤ ਲੰਬੀ ਦੇਰ ਚਲਾਓਗੇ ਸੋ ਇਟ ਵਿਲ ਬਿਕਮ ਸਟਿੰਕਿੰਗ। ਇਸੇ ਕਰਕੇ ਹਿੰਦੁਸਤਾਨ ਨੇ ਕਦੀ ਤਰੱਕੀ ਨਹੀਂ ਕੀਤੀ ਕਿਉਂਕਿ ਅਸੀਂ ਉਹ ਪੁਰਾਣੇ ਡੋਗਮਾਸ ਨੂੰ ਲੈ ਕੇ ਚੱਲਦੇ ਹਾਂ ਜਿਨ੍ਹਾਂ ਦਾ ਅੱਜ ਵੀ ਕੋਈ ਮਹੱਤਵ ਨਹੀਂ ਰਹਿ ਜਾਂਦਾ, ਐਂਡ ਦੈਟਸ ਵਾਈ ਅਵਰ ਕਲਚਰ ਇਜ਼ ਸਟਿੰਕਿੰਗ। ਸੋ ਕੋਈ ਵੀ ਚੀਜ਼ ਪਹਿਲਾਂ ਜਾਣਿਆ ਕਰੋ, ਫਿਰ ਉਹਨੂੰ ਮੰਨਿਆ ਕਰੋ। ਸੋ ਚੇਂਜ ਯੂਅਰ ਬਿਲੀਫ ਸਿਸਟਮ। ਐਂਡ ਸੈਕਿੰਡਲੀ, ਇੱਕ ਇਹਦੇ ਨਾਲ ਹੋਰ ਵੀ ਚੀਜ਼ ਐਸੋਸੀਏਟ ਹੁੰਦੀ ਹੈ ਕਿ ਜਿਹੜੇ ਇਨਲਾਈਟਨਡ ਬੀਂਗਸ ਹੈ, ਜੇ ਉਹਨਾਂ ਦੇ ਬਿਲੀਫ ਸਿਸਟਮ ਦੂਸਰਿਆਂ ਤੋਂ ਅਲੱਗ ਹੁੰਦੇ ਨੇ, ਉਹ ਦੂਸਰੇ ਲੋਕਾਂ ਨਾਲ ਬਹਿਸ ਨਹੀਂ ਕਰਦੇ, ਉਹ ਸਿਰਫ ਆਪਣਾ ਵਿਊ ਦੇ ਕੇ ਉਸ ਜਗ੍ਹਾ ਤੋਂ ਨਿਕਲ ਜਾਂਦੇ ਨੇ। ਕਿਸੇ ਫਾਈਟਿੰਗ ਮੋਡ ਦੇ ਵਿੱਚ, ਕਿਸੇ ਕੁਅਰਲਿੰਗ ਮੋਡ ਦੇ ਵਿੱਚ ਉਹ ਕਦੇ ਨਹੀਂ ਪੈਂਦੇ। ਆਪਣੇ ਆਪ ਨੂੰ ਪ੍ਰੂਵ ਕਰਨਾ ਪੁਆਇੰਟ ਨਹੀਂ ਹੈ, ਆਪਣੇ ਆਪ 'ਤੇ ਅਪਲਾਈ ਕਰਨਾ ਪੁਆਇੰਟ ਹੈ। ਸੋ ਬਿਫੋਰ ਯੂ ਫੋਲੋ ਐਨੀ ਟ੍ਰੈਡੀਸ਼ਨ, ਐਕਸਪੀਰੀਅੰਸ ਇਟ ਐਂਡ ਦੈਨ ਯੂ ਫੋਲੋ ਐਂਡ ਐਕਸੈਪਟ ਇਟ। ਦੈਟ ਇਜ਼ ਥੈਂਕ ਯੂ।